ਇਨਕਮ ਟੈਕਸ ਦੀ ਟੀਮ ਦੇ ਵੱਲੋਂ ਜਦੋਂ ਛਾਪਾ ਮਾਰਿਆ ਗਿਆ ਇੰਨੇ ਨੋਟ ਮਿਲੇ ਕਿ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਆਈਟੀ ਟੀਮ ਨੇ ਜੁੱਤੀਆਂ ਦੇ ਕਾਰੋਬਾਰੀ ਦੇ ਘਰ ਛਾਪੇ ਮਾਰੇ ਕੀਤੇ ਉਹਨਾਂ ਕੋਲੋਂ ਇੰਨੀ ਨਕਦੀ ਮਿਲੀ ਕਿ ਅਧਿਕਾਰੀ ਹੈਰਾਨ ਰਹਿ ਗਏ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾ ਕੇ ਗਿਣਤੀ ਸ਼ੁਰੂ ਕੀਤੀ ਗਈ ਹੋਂ ਤੱਕ ਕਾਰੋਬਾਰੀ ਕੋਲ 40 ਕਰੋੜ ਤੋਂ ਵੱਧ ਦੀ ਨਕਦੀ ਪ੍ਰਾਪਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਮੋਬਾਈਲ ਲੈਪਟਾਪ ਕਈ ਦਸਾਂ ਵੇਚ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਸੋ ਆਗਰਾ ਦੇ ਵਿੱਚ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਇੱਕ ਜੁੱਤੀ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਅਤੇ ਜੁੱਤੀਆਂ ਦੇ ਕਾਰੋਬਾਰ ਦੇ ਘਰੋਂ ਹੈ ਜਿਹੜਾ 40 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ ਐਨੀ ਵੱਡੀ ਨਕਦੀ ਕਿੱਥੋਂ ਆਈ ਹੈ ਇਸ ਤੰਦੇ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲਾ ਹੈ ਇਸ ਮਾਮਲੇ ਦੇ ਵਿੱਚ ਟੀਮ ਪੁੱਛਗਿੱਛ ਕਰ ਰਹੀ ਹੈ ਇਸ ਤੋਂ ਇਲਾਵਾ ਟੀਮ ਨੇ ਕਈ ਅਹਿਮ ਦਸਤਾਂ ਤਾਲਵੇਜ ਵੀ ਜਬਤ ਕੀਤੇ ਨੇ ਦੱਸਦੀ ਹੈ ਕਿ ਇਨਕਮ ਟੈਕਸ ਦੀ ਟੀਮ ਨੇ ਆਗਰਾ ਦੇ ਵਿੱਚ BK ਸ਼ੂਜ਼ ਕੰਪਨੀ, ਮਨਸ਼ੂ ਫੁੱਟਵੈਅਰ ਅਤੇ ਹਰਮਲਾਪ ਸ਼ੂਜ਼ ਕੰਪਨੀ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਐ। ਇਸ ਛਾਪੇਮਾਰੀ ਵਿੱਚ ਕਰੀਬ 30 ਅਧਿਕਾਰੀ ਸ਼ਾਮਲ ਫਨ ਨੰ ਕੰਟੈਕਟ ਦੀ ਟੀਮ ਨੂ ਅਜੜਾ ਕੰਪਨੀ ਦੇ ਮਾਲਕ ਹੈ ਜਿਹੜਾ ਜੁੱਤੀਆਂ ਦੇ ਕਾਰੋਬਾਰੀ ਦੇ ਕਰੋ ਜਿਹੜੀ ਵੱਡੀ ਕਾਮਯਾਬੀ ਮਿਲੀ ਹੈ ਟੀਮ ਨੇ ਘਰ ਵਿੱਚੋਂ 40 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਪ੍ਰਾਪਤ ਕੀਤੀ ਹੈ ਨਗਦੀ ਅਲਮਾਰੀ ਲੋਕਰ ਬੈੱਡ ਦੇ ਅੰਦਰ ਛੁਪਾ ਕੇ ਰੱਖੀ ਹੋਈ ਸੀ RAMNAD ਦੇ ਕਰ ਦੇਰ ਰਾਤ ਤੱਕ ਨੋਟਾਂ ਦੀ ਗਿਣਤੀ ਹੈ ਜਿਹੜੀ ਚੱਲ ਰਹੀ ਟੀਮ ਨੇ ਨੋਟ ਗਿਣਨ ਦੇ ਲਈ ਕਈ ਮਸ਼ੀਨਾ ਮੰਗਵਾਈਆਂ ਸਨ ਨੋਟਾਂ ਦੀ ਗਿਣਤੀ ਦਾ ਕੰਮ ਦੇਰ ਰਾਤ ਤੱਕ ਚੱਲ ਰਹੀ ਹੈ ਹਾਲਾਂਕਿ ਹੋਰ ਵੱਡੀ ਰਕਮ ਦੀ ਨਕਦੀ ਮਿਲਣ ਦੀ ਸੰਭਾਵਨਾ ਅਜੇ ਵੀ ਦਿਖਾਈ ਜਾ ਰਹੀ ਹੈ ਸੋ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਟੀਮ ਨੇ ਜਿਹੜਾ ਕੰਪਨੀ ਐ ਫੁੱਟਵੇਅਰ ਦੇ ਉਹਨਾਂ ਦੇ ਨਿਵੇਸ਼ ਅਤੇ ਸੋਨਾ ਖਰੀਦਣ ਨਾਲ ਸੰਬੰਧਿਤ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਫੇਕ ਤੇ ਰਹੋ ਲੁਧਿਆਣਾ ਲਾਈਵ